ਪੰਜਾਬ ਵਿੱਚ ਸਰਕਾਰੀ ਵਿਭਾਗਾਂ ਅੰਦਰ ਕਪਲੀ ਅਤੇ ਰਿਸ਼ਵਤਖੋਰੀ ਦੇ ਮਾਮਲੇ ਨਵੇਂ ਨਹੀਂ ਨੇ। ਫਿਰੋਜ਼ਪੁਰ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ PWD ਵਿਭਾਗ ਵਿੱਚ ਕਥਿਤ ਤੌਰ ਤੇ 49 ਕਰੋੜ ਦੀ ਕਪੜੇਬਾਜ਼ੀ ਦਾ ਮਾਮਲਾ ਹਾਈਕੋਰਟ ਵਿੱਚ ਵਿਚਾਰਧੀਨ ਹੈ। ਇਸ ਮਸਲੇ ਵਿੱਚ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਵਾਲੀਆ ਨੇ ਨਵਾਂ ਖੁਲਾਸਾ ਕਰਦਿਆਂ ਕਿਹਾ ਕਿ PWD ਵਿਭਾਗ ਦੇ ਅਧਿਕਾਰੀਆਂ ਨੇ ਕਥਿਤ ਤੌਰ ਤੇ ਇੱਕ ਵਿਅਕਤੀ ਰਾਹੀਂ ਉਸ ਨੂੰ ਪੈਸੇ ਦੀ ਪੇਸ਼ਕਸ਼ ਕਰਦਿਆਂ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਲੀਆ ਮੁਤਾਬਿਕ ਇੱਕ ਨਿੱਜੀ ਰਿਸੋਰਟ ਦੇ ਮਾਲਕ ਨੇ PWD ਦੇ ਮੈਂਬਰ ਦੇ ਹਵਾਲੇ ਨਾਲ ਉਸ ਨਾਲ ਫੋਨ ਤੇ ਸੰਪਰਕ ਸਾਧਿਆ ਅਤੇ ਦੋਹਾਂ ਧਿਰਾਂ ਦਰਮਿਆਨ ਪੈਸੇ ਦੇ ਲੈਣ ਦੇਣ ਦੀ ਗੱਲ ਕੀਤੀ। ਉਧਰ PWD ਵਿਭਾਗ ਦੇ ਸੁਪਰੀਡੈਂਟ ਦੀ ਪੋਸਟ ਤੇ ਸੇਵਾ ਨਿਭਾਰੇ ਪਰਮਜੀਤ ਸਿੰਘ ਗਿੱਲ ਨੇ ਇਸ ਮਾਮਲੇ ਤੋਂ ਖੁਦ ਨੂੰ ਅਣਜਾਣ ਦੱਸਿਆ। ਮੈਂ ਇਹ ਹਾਈਕੋਰਟ ਕੇਸ ਪਾਇਆ ਜੀ, ਹਾਈਕੋਰਟ ਤੋਂ ਇਹਨਾਂ ਫਿਰ ਡਾਇਰੈਕਸ਼ਨ ਹੋਈ, ਉਸ ਤੋਂ ਬਾਅਦ ਇਹਨਾਂ ਮੇਰੇ ਕੋਲ ਇਹ ਬੰਦੇ ਭੇਜੇ ਸੀ ਆਪਣਾ, ਅਤੇ JP ਰਿਸੋਰਟ ਹੈਗਾ ਜੀ ਅਤੇ ਬਾਜੋ ਤੋਂ, ਅਤੇ ਜਰਨੈਲ ਸਿੰਘ ਮੈਨੂੰ ਕਹਿੰਦਾ ਜੀ 8 ਲੱਖ ਰੁਪਏ ਲੈ ਲਾ ਤੂੰ ਅਤੇ ਕੰਪਰੋਮਾਈਜ਼ ਕਰ ਲੈ। ਮੈਂ ਕਿਹਾ ਮੈਂ ਨਹੀਂ ਕਰਨਾ। ਮੈਂ ਨਹੀਂ ਜਾਣਦਾ ਜਰਨੈਲ ਨੂੰ ਕੌਣ ਹੈ, ਕੌਣ ਰਜਿੰਦਰ ਸਿੰਘ ਆ, ਨਾ ਪਰ ਕੇਸ ਦਾ ਪਤਾ ਵੀ ਕੌਣ ਇਹ ਕਰ ਰਿਹਾ ਸੀ ਜਾਂ ਕੌਣ ਵੀ ਨਹੀਂ ਕਰ ਰਿਹਾ ਸੀ।